ਲੁਟੇਰਿਆਂ ਨੇ ਇੱਕ ਸ਼ਖਸ ਦੀ ਟੁੱਟੀ ਲੱਤ ਦਾ ਫਾਇਦਾ ਚੁੱਕਿਆ ਤੇ ਉਸ ਤੋਂ ਪਹਿਲਾਂ ਇਹਨਾਂ ਲੁਟੇਰਿਆਂ ਨੇ ਹਾਲ ਚਾਲ ਪੁੱਛਿਆ, ਫਿਰ ਉਸਦਾ ਫੋਨ ਖੋ ਕੇ ਫਰਾਰ ਹੋ ਗਏ। ਇਹ ਵਿਅਕਤੀ ਘਰ ਦੇ ਵਰਾਂਡੇ ਦੇ ਵਿੱਚ ਬੈਠਾ ਸੀ ਕਿ ਅਚਾਨਕ ਹੀ ਇਹ ਲੁਟੇਰੇ ਇਸ ਕੋਲ ਆਉਂਦੇ ਨੇ ਤੇ ਇਸਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਵਿਅਕਤੀ ਚਿੱਕਾ ਮਾਰਦਾ ਹੀ ਰਹਿ ਜਾਂਦਾ ਹੈ। ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਦੋਂ ਬਸਤੀ ਵਾਲਾ ਖੇਲ ਸਥਿਤ ਤਾਰਾ ਸਿੰਘ ਐਵੀਨਿਊ ਦੇ ਕੋਲ ਬਾਈਕ ਸਵਾਰ ਲੁਟੇਰਿਆਂ ਨੇ ਘਰ ਦੇ ਬਾਹਰ ਬੈਠੇ ਵਿਅਕਤੀ ਤੋਂ ਫੋਨ ਲੁੱਟ ਲਿਆ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਲੁਟੇਰੇ ਲੁੱਟ ਖੋਹ ਕਰਦੇ ਨਜ਼ਰ ਆਏ ਨੇ। ਇਹਨਾਂ ਲੁਟੇਰਿਆਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਰੇਕੀ ਕੀਤੀ, ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਤੋਂ ਫੋਨ ਲੁੱਟਿਆ ਗਿਆ ਉਸਦੀ ਲੱਤ ਟੁੱਟੀ ਹੋਈ ਸੀ ਤੇ ਉਸਦੀ ਲੱਤ ਦਾ ਆਪਰੇਸ਼ਨ ਹੋਇਆ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਪੀੜਤ ਆਪਣੇ ਘਰ ਦੇ ਅੰਦਰ ਵਰਾਂਡੇ 'ਚ ਕੁਰਸੀ ਤੇ ਬੈਠਾ ਸੀ। ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਆਪਣੀ ਬਾਈਕ ਸਾਈਡ ਤੇ ਖੜੀ ਕਰ ਦਿੱਤੀ ਤੇ ਲੁਟੇਰੇ ਘਰ ਦੇ ਅੰਦਰ ਵੜ ਗਏ। ਜਿਵੇਂ ਹੀ ਦੋਸ਼ੀ ਉੱਥੇ ਪਹੁੰਚਿਆ ਉਸਨੇ ਪਹਿਲਾਂ ਪੀੜਤ ਦਾ ਹਾਲ ਚਾਲ ਪੁੱਛਿਆ ਅਤੇ ਉੱਥੋਂ ਵਾਪਸ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਫਿਰ ਇਹ ਲੁਟੇਰਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਗਲੀ ਦੇ ਵਿੱਚ ਗਿਆ। ਤੀਜੀ ਵਾਰ ਇੱਕ ਲੁਟੇਰਾ ਬਾਈਕ ਤੇ ਅਤੇ ਦੂਜਾ ਪੈਦਲ ਹੀ ਗਲੀ ਦੇ ਵਿੱਚ ਦਾਖਲ ਹੋਇਆ, ਜਿਸ ਤੋਂ ਬਾਅਦ ਪੈਦਲ ਆ ਰਿਹਾ ਲੁਟੇਰਾ ਫਿਰ ਘਰ ਦੇ ਅੰਦਰ ਦਾਖਲ ਹੋਇਆ ਤੇ ਵਿਅਕਤੀ ਦਾ ਫੋਨ ਖੋ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਈਕ ਮੋੜ ਕੇ ਖੜਾ ਸੀ ਤੇ ਦੋਵੇਂ ਹੀ ਬਾਈਕ ਤੇ ਬੈਠ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਪੀੜਤ ਸ਼ਖਸ ਚਿੱਕਾ ਮਾਰਦਾ ਹੀ ਰਹਿ ਜਾਂਦਾ ਹੈ। ਫਿਲਹਾਲ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਪੀੜਤ ਵਿਅਕਤੀ ਨੂੰ ਵੀ ਇਹਨਾਂ ਲੁਟੇਰਿਆਂ ਨੇ ਨਹੀਂ ਬਖਸ਼ਿਆ ਜਿਸਦੀ ਲੱਤ ਟੁੱਟੀ ਹੁੰਦੀ ਹੈ। ਲੁਟੇਰਿਆਂ ਨੇ ਇੱਕ ਸ਼ਖਸ ਦੀ ਟੁੱਟੀ ਲੱਤ ਦਾ ਫਾਇਦਾ ਚੁੱਕਿਆ ਤੇ ਉਸ ਤੋਂ ਪਹਿਲਾਂ ਇਹਨਾਂ ਲੁਟੇਰਿਆਂ ਨੇ ਹਾਲ ਚਾਲ ਪੁੱਛਿਆ, ਫਿਰ ਉਸਦਾ ਫੋਨ ਖੋ ਕੇ ਫਰਾਰ ਹੋ ਗਏ। ਇਹ ਵਿਅਕਤੀ ਘਰ ਦੇ ਵਰਾਂਡੇ ਦੇ ਵਿੱਚ ਬੈਠਾ ਸੀ ਕਿ ਅਚਾਨਕ ਹੀ ਇਹ ਲੁਟੇਰੇ ਇਸ ਕੋਲ ਆਉਂਦੇ ਨੇ ਤੇ ਇਸਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਵਿਅਕਤੀ ਚਿੱਕਾ ਮਾਰਦਾ ਹੀ ਰਹਿ ਜਾਂਦਾ ਹੈ। ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਦੋਂ ਬਸਤੀ ਵਾਲਾ ਖੇਲ ਸਥਿਤ ਤਾਰਾ ਸਿੰਘ ਐਵੀਨਿਊ ਦੇ ਕੋਲ ਬਾਈਕ ਸਵਾਰ ਲੁਟੇਰਿਆਂ ਨੇ ਘਰ ਦੇ ਬਾਹਰ ਬੈਠੇ ਵਿਅਕਤੀ ਤੋਂ ਫੋਨ ਲੁੱਟ ਲਿਆ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਲੁਟੇਰੇ ਲੁੱਟ ਖੋਹ ਕਰਦੇ ਨਜ਼ਰ ਆਏ ਨੇ। ਇਹਨਾਂ ਲੁਟੇਰਿਆਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਰੇਕੀ ਕੀਤੀ, ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਤੋਂ ਫੋਨ ਲੁੱਟਿਆ ਗਿਆ ਉਸਦੀ ਲੱਤ ਟੁੱਟੀ ਹੋਈ ਸੀ ਤੇ ਉਸਦੀ ਲੱਤ ਦਾ ਆਪਰੇਸ਼ਨ ਹੋਇਆ ਸੀ। ਇਸਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਪੀੜਤ ਆਪਣੇ ਘਰ ਦੇ ਅੰਦਰ ਵਰਾਂਡੇ 'ਚ ਕੁਰਸੀ ਤੇ ਬੈਠਾ ਸੀ। ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਆਪਣੀ ਬਾਈਕ ਸਾਈਡ ਤੇ ਖੜੀ ਕਰ ਦਿੱਤੀ ਤੇ ਲੁਟੇਰੇ ਘਰ ਦੇ ਅੰਦਰ ਵੜ ਗਏ। ਜਿਵੇਂ ਹੀ ਦੋਸ਼ੀ ਉੱਥੇ ਪਹੁੰਚਿਆ ਉਸਨੇ ਪਹਿਲਾਂ ਪੀੜਤ ਦਾ ਹਾਲ ਚਾਲ ਪੁੱਛਿਆ ਅਤੇ ਉੱਥੋਂ ਵਾਪਸ ਚਲਾ ਗਿਆ।
ਅਤੇ ਕੁਝ ਸਮੇਂ ਬਾਅਦ ਫਿਰ ਇਹ ਲੁਟੇਰਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਗਲੀ ਦੇ ਵਿੱਚ ਗਿਆ। ਤੀਜੀ ਵਾਰ ਇੱਕ ਲੁਟੇਰਾ ਬਾਈਕ ਤੇ ਅਤੇ ਦੂਜਾ ਪੈਦਲ ਹੀ ਗਲੀ ਦੇ ਵਿੱਚ ਦਾਖਲ ਹੋਇਆ, ਜਿਸ ਤੋਂ ਬਾਅਦ ਪੈਦਲ ਆ ਰਿਹਾ ਲੁਟੇਰਾ ਫਿਰ ਘਰ ਦੇ ਅੰਦਰ ਦਾਖਲ ਹੋਇਆ ਤੇ ਵਿਅਕਤੀ ਦਾ ਫੋਨ ਖੋ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਈਕ ਮੋੜ ਕੇ ਖੜਾ ਸੀ ਤੇ ਦੋਵੇਂ ਹੀ ਬਾਈਕ ਤੇ ਬੈਠ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਪੀੜਤ ਸ਼ਖਸ ਚਿੱਕਾ ਮਾਰਦਾ ਹੀ ਰਹਿ ਜਾਂਦਾ। ਫਿਲਹਾਲ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਪੀੜਤ ਵਿਅਕਤੀ ਨੂੰ ਵੀ ਇਹਨਾਂ ਲੁਟੇਰਿਆਂ ਨੇ ਨਹੀਂ ਬਖਸ਼ਿਆ, ਜਿਸਦੀ ਲੱਤ ਟੁੱਟੀ ਹੁੰਦੀ ਹੈ।